ਨਾ ਹੋਈ ਪਈ ਉਹ ਨਾ ਗਰਮੀ ਚ ਨਾ ਤਾਂ ਹੋ ਜਾਂਦੀ ਹੈ ਕਿ ਨਹੀਂ ਮੁੜ ਮੁੜ ਰਾਹ ਵਿੱਚ ਗੜੇ ਲਾਉਂਦੀ ਏ ਦੱਸੇ ਤੇਰੀ ਤੱਕਣੀ ਪਿਆਰ ਚਾਹੁੰਦੀ ਏ ਤੇ ਉਹ ਮੈਂ ਕਿਹਾ ਬਾਈ ਤੂੰ ਰਹਿਣ ਦੇ ਮੈਂ ਕਿਹਾ ਬੰਦਾ ਭੇਜਦਾ ਮੈਂ ਉਹ ਨੰਬਰ ਦੇ ਸੋ ਹੈਲੋ ਗਾਇਜ਼, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ? ਆਈ ਹੋਪ ਕਿ ਤੁਸੀਂ ਬਹੁਤ ਵਧੀਆ ਹੋਵੋਗੇ। ਤੁਸੀਂ ਮੇਰੇ ਪਿੱਛੇ ਦਾ ਬੈਕਗਰਾਊਂਡ ਚੈੱਕ ਕਰ ਸਕਦੇ ਹੋ ਕਿ ਅਸੀਂ ਅੱਜ ਕਿੱਥੇ ਹਾਂ, ਲਾਈਕ ਦਿਸ ਚੈੱਕ ਕਰ ਸਕਦੇ ਹੋ, ਹੈ ਨਾ। ਹੁਣ ਕਈ ਸਮਝ ਗਏ ਹੋਣੇ ਅਤੇ ਕਈਆਂ ਨੂੰ ਮੈਂ ਦੱਸ ਦਿੰਦਾ ਕਿ ਅਸੀਂ ਸ਼ੂਟ 'ਤੇ ਹਾਂ ਪੰਜਾਬੀ ਸੌਂਗਸ ਦਾ, ਪੰਜਾਬੀ ਜੋ ਪੰਜਾਬ 'ਚ ਪੰਜਾਬੀ ਵੀਡੀਓਜ਼ ਹੁੰਦੀਆਂ ਨੇ ਸੈੱਟ 'ਤੇ ਆਏ ਹਾਂ। ਦਿਖਾਵਾਂਗੇ ਤੁਹਾਨੂੰ ਪੂਰਾ ਵਾਕ ਅਰਾਊਂਡ ਕਿਵੇਂ ਸ਼ੂਟ ਹੁੰਦਾ ਆ, ਕਿਵੇਂ ਸ਼ੂਟਿੰਗਾਂ ਚੱਲਦੀਆਂ ਨੇ ਅਤੇ ਕੀ ਪ੍ਰੋਸੈਸ ਹੁੰਦਾ ਸਾਰੇ ਇੱਕ ਗਾਣੇ ਦੇ ਪਿੱਛੇ, ਕਿੰਨੀ ਮਿਹਨਤ ਹੁੰਦੀ ਹੈ ਡਾਇਰੈਕਟਰ ਦੀ, ਪੂਰੇ ਕਰੂ ਦੀ ਕੀ ਮਿਹਨਤ ਹੁੰਦੀ ਆ, ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ। ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨੋਟੀਫਿਕੇਸ਼ਨ ਬੈਲ ਪ੍ਰੈਸ ਕਰ ਲਓ, ਕੋਈ ਵੀ ਵੀਡੀਓ ਮੈਂ ਅਪਲੋਡ ਕਰਾਂ ਉਹਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਵੇ। ਪਲੀਜ਼ ਸਬਸਕ੍ਰਾਈਬ ਕਰ ਲਓ, ਸ਼ੇਅਰ ਕਰਿਓ ਵੀਡੀਓ ਨੂੰ ਜੇ ਚੰਗੀ ਲੱਗੀ ਤਾਂ, ਅਤੇ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ, ਇੱਥੇ ਮੇਰਾ ਯੂਜ਼ਰ ਨੇਮ ਆ ਰਿਹਾ ਹੋਣਾ। ਸੋ ਪਲੀਜ਼ ਜਾ ਕੇ ਮੈਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰੋ, ਲਾਈਕ ਤੁਸੀਂ ਚੈੱਕ ਕਰ ਸਕਦੇ ਹੋ। ਇਹ ਵੈਨਿਟੀ ਵੈਨ ਆ, ਇਹ ਅੰਦਰ ਦੀ ਆ, ਇੱਥੇ ਸਾਡਾ ਸਮਾਨ ਸਮੂਨ ਸਾਰਾ ਬਿਖਰਿਆ ਪਿਆ, ਲਾਈਕ ਇਹਨੂੰ ਇਗਨੋਰ ਮਾਰਿਓ। ਛੋਟੀ ਜਿਹੀ ਵੈਨਿਟੀ ਵੈਨ ਤੁਹਾਡੇ ਬਹੁਤ ਕੰਮ ਆਉਂਦੀ ਆ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਬਾਹਰ। ਇਹ ਵੈਨਿਟੀ ਵੈਨ ਖੜ੍ਹੀ ਆ ਆਪਣੀ। ਸੋ ਹਾਲੇ ਆਪਣਾ ਕੋਈ ਟੇਕ ਨਹੀਂ ਹੈਗਾ, ਇਸ ਕਰਕੇ ਅਸੀਂ ਹਜੇ ਬਾਅਦ 'ਚ ਰੈਡੀ ਹੋਵਾਂਗੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਲੈ ਕੇ ਚੱਲਦਾ ਸੈੱਟ 'ਤੇ, ਮਿਲਦੇ ਹਾਂ, ਟੇਕ ਕੇਅਰ। ਸੋ ਗਾਇਜ਼, ਅਸੀਂ ਆਲਮੋਸਟ ਸੈੱਟ 'ਤੇ ਪਹੁੰਚ ਚੁੱਕੇ ਹਾਂ, ਉੱਥੇ ਸ਼ੂਟ ਚੱਲਦਾ ਪਿਆ ਅਤੇ ਆਪਣੇ ਯਾਰ ਦੋਸਤ ਇੰਦਰੀ ਨੇ, ਅਸੀਂ ਦਿਖਾ ਸਕਦੇ ਹਾਂ ਉੱਥੇ ਸ਼ੂਟ ਚੱਲ ਰਿਹਾ, ਤੁਸੀਂ ਦੇਖ ਸਕਦੇ ਹੋ। ਬਸ ਅਸੀਂ ਵੀ ਆਲਮੋਸਟ ਪਹੁੰਚ ਚੁੱਕੇ ਹਾਂ ਸ਼ੂਟ 'ਤੇ, ਫਿਰ ਮਿਲਦੇ ਹਾਂ ਸ਼ੂਟ 'ਤੇ ਜਾ ਕੇ। ਇਹ ਹੈ ਹਮਾਰੇ ਖਾਸ ਬੰਦੇ। ਕੀ ਹਾਲ ਆ ਭਾਜੀ? ਵਧੀਆ ਭਾਜੀ, ਵਧੀਆ। ਹੋ ਠੀਕ ਹੋ? ਐਨ ਵਧੀਆ। ਪਹੁੰਚ ਗਏ ਸਿਰ? ਬਸ ਪਹੁੰਚ ਗਏ, ਕਾਫੀ ਟਾਈਮ ਬਾਅਦ ਹੈ। ਹਾਂਜੀ ਹਾਂ। ਕਿੰਨਾ ਟਾਈਮ ਹੋ ਗਿਆ ਆਪਾਂ ਨੂੰ? ਹੋ ਗਿਆ ਮੇਰੇ ਹਿਸਾਬ ਨਾਲ 2 ਸਾਲ ਤਾਂ ਹੋਏ ਗਏ। 2-3 ਸਾਲਾਂ ਬਾਅਦ ਮਿਲੇ ਅੱਜ। ਹਾਂਜੀ ਹਾਂ। ਦੇਖ ਲਓ ਬਾਈ, ਉਹਨਾਂ ਦਾ ਉਹ ਚੱਲਦਾ ਸੈਟਅਪ ਪੂਰਾ। ਪਹੁੰਚ ਗਏ ਹਾਂ ਸੈੱਟ 'ਤੇ। ਸਾਜਰੇ ਕਿੰਨੇ ਵਜੇ ਦੇ ਪਹੁੰਚੇ? ਅਸੀਂ ਪਹੁੰਚ ਗਏ 6:30 ਦੇ ਲੱਗੇ ਹੋਏ ਆ। ਵਾਹ, ਕਿਆ ਬਾਤ ਹੈ, ਮਿਹਨਤ ਕਰਾ ਝੋਟਾ। ਸੋ ਗਾਇਜ਼, ਤੁਸੀਂ ਮਾਹੌਲ ਚੈੱਕ ਕਰ ਰਹੇ ਹੋ, ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਅਤੇ ਗਰਮੀ ਵੀ ਬਹੁਤ ਹੈ, ਇੱਦਾਂ ਦੀ ਕੋਈ ਗੱਲ ਨਹੀਂ ਕਿ ਗਰਮੀ ਨਹੀਂ ਹੈਗੀ। ਦੇਖੋ ਬਟ ਇਹ ਹਾਰਡ ਵਰਕ ਹੈ, ਇਸੇ ਨੂੰ ਆਪਾਂ ਹਾਰਡ ਵਰਕ ਕਹਿੰਦੇ ਹਾਂ। ਅਸੀਂ 2 ਮਿੰਟ 'ਚ ਜੱਜ ਕਰ ਲੈਂਦੇ ਹਾਂ ਕਿ ਕੋਈ ਸ਼ੂਟ ਕਰਕੇ, ਅਸੀਂ 3 ਮਿੰਟ ਦੇ ਗਾਣੇ ਨੂੰ 2 ਮਿੰਟਾਂ 'ਚ ਜੱਜ ਕਰਕੇ ਡਿਸਲਾਈਕ ਲਾਈਕ ਕਰ ਦਿੰਦੇ ਹਾਂ, ਹੈ ਨਾ। ਬਟ ਤੁਸੀਂ ਆਹ ਨਹੀਂ ਦੇਖਦੇ ਕਿ ਉਹਦੇ 'ਤੇ ਕਿੰਨੀ ਮਿਹਨਤ ਲੱਗੀ ਆ, ਕਿੰਨੀ ਪੇਸ਼ੈਂਸ ਰੱਖਦੇ ਨੇ ਉਹ ਲੋਕ ਆਪਣੇ ਇੱਕ ਗਾਣੇ ਨੂੰ ਹਿੱਟ ਕਰਨ ਵਾਸਤੇ। ਤੁਸੀਂ ਜਾਣਦੇ ਹੋਵੋਗੇ ਆਲਮੋਸਟ, ਅਸੀਂ ਥੋੜ੍ਹੀ ਦੇਰ ਬਾਅਦ ਤੁਹਾਨੂੰ ਮਿਲਾਵਾਂਗੇ ਉਹਨਾਂ ਨਾਲ, ਅਤੇ ਤੁਸੀਂ ਦੇਖ ਸਕਦੇ ਹੋ ਉੱਥੇ ਕਿਵੇਂ ਸ਼ੂਟ ਚੱਲ ਰਿਹਾ, ਕਿੰਨਾ ਹਾਰਡ ਵਰਕ ਕਰਦੇ ਨੇ ਇਹ ਲੋਕ। ਚੈੱਕ ਕਰ ਸਕਦੇ ਹੋ ਬਾਈ ਨੂੰ, ਪਛਾਣ ਲਓ ਹੁਣ ਜਿਹੜਾ ਜਿਹੜਾ ਪਛਾਣ ਸਕਦਾ। ਨਾ ਹੋਈ ਪਈ ਗਰਮੀ 'ਚ ਹੈ ਕਿ ਨਹੀਂ? ਲਓ ਅਮਨ ਭਾਅ ਜੀ, ਬਾਈ ਉਹਨਾਂ ਦਾ ਜਿਹੜਾ ਜਿਹੜਾ ਪਛਾਣਦਾ ਬਾਈ ਨੂੰ ਕਮੈਂਟ ਕਰ ਦਿਓ, ਨਾਂ ਲਿਖ ਦਿਓ ਬਾਈ ਦਾ, ਅਸੀਂ ਤਾਂ ਦੱਸਣਾ ਨਹੀਂ, ਅਸੀਂ ਸਿੱਧਾ ਗਾਣਾ ਦੱਸਾਂਗੇ, ਠੀਕ ਹੈ? ਨਾਂ ਕਮੈਂਟ ਜ਼ਰੂਰ ਕਰਿਓ ਸਾਰੇ ਜਣੇ, ਠੀਕ ਹੈ? ਆਇਓ ਬਾਈ। ਚਲੋ ਜੀ, ਆਪਣਾ ਹੈਗਾ ਆਹ ਮੁੱਛਾਂ ਦਾ ਕੰਮ, ਜੋ ਵੀ ਕਟਿੰਗ ਜਿਹੜਾ ਕਿ ਬਹੁਤ ਜ਼ਿਆਦਾ ਚੱਜ ਦਾ ਇਸ ਟਾਈਮ ਹੈ ਨਹੀਂ ਭਾਈ। ਆਪਣਾ ਜਿਹੜਾ ਫੇਮਸ ਗਾਣਾ ਉਹ 2 ਕਲੈਨਾ ਹੋ ਜਾਣਾ, ਰੌਂਦ ਕਰ ਦੇ ਮਾਣਾ ਮਾੜਾ ਜਿਹਾ, ਰੌਂਦ ਸੁਣਾਉਣਾ, ਰੌਂਦ ਸੁਣਾ ਦੇ। ਮੁੜ ਮੁੜ ਰਾਹਾਂ ਵਿੱਚ ਗੜੇ ਲਾਉਂਦੀ ਏ ਦੱਸੇ ਤੇਰੀ ਤੱਕਣੀ ਪਿਆਰ ਚਾਹੁੰਦੀ ਏ, ਇਸ਼ਕੇ ਦੀ ਜੜੀ ਸਾਨੂੰ ਨਿੱਤ ਪਾਉਣੀ ਏ, ਹੁਣੀ ਨਾ ਕਬੂਲ ਅਰਜੀ, ਵੈਲੀਆਂ ਤੋਂ ਮਿਲੇ ਨਾ ਗੁਲਾਬ ਜੱਟੀਏ, ਰੌਂਦ ਰਹੇ ਜੀ ਜਿੰਨੇ ਮਰਜ਼ੀ, ਵੈਲੀਆਂ ਤੋਂ ਮਿਲੇ ਨਾ ਗੁਲਾਬ ਜੱਟੀਏ, ਰੌਂਦ ਰਹੇ ਜੀ ਜਿੰਨੇ ਮਰਜ਼ੀ। ਕਿਆ ਬਾਤ ਹੈ, ਕਿਆ ਬਾਤ ਹੈ, ਹੁਣ ਤੁਸੀਂ ਪਛਾਣ ਗਏ ਹੋਣੇ, ਹੁਣ ਵੀ ਕਮੈਂਟ ਕਰਦੇ। ਮਿਲਦੇ ਆ ਅਗਲੇ ਟੇਕ 'ਤੇ। ਦੇਖੋ ਅਗਲਾ ਸੈਟਅਪ ਲੱਗਿਆ ਹੋਇਆ ਮੇਰੇ ਕੋਲ, ਰੈਡੀ ਹੈ ਕੈਮਰਾ, ਉਹ ਸਾਹਮਣੇ ਦੇਖ ਸਕਦੇ, ਇਹ ਫਿਰ ਸਮਝ ਲਓ ਤੁਸੀਂ।
ਕੀ ਪਿਆ ਇੱਥੇ ਇੱਥੋਂ ਜੱਜ ਕਰ ਲਿਓ ਕਿ ਗਾਣਾ ਕਿੱਦਾਂ ਦਾ ਹੋ ਸਕਦਾ ਮਿਹਨਤ क्या हाल चाल ताड़ा की हाल है भाजी वो ठीक हो भाई पहुंच गए हैं की हाल है भाजी वो ठीक हो पहुंच गए हैं ठीक ठाक अपने फ्लो च बोली जाओ बाबा जी कहना भरना बंदना मैं चंदा अजकल दे दिन ते साग जा तोड़ दे साग ਅਸੀਂ ਭੱਜੇ ਦਵਾਣਾ ਤੇ ਪਰਨਾ ਬੰਨਿਆ ਚੌਥੇ ਦਿਨ ਅਸੀਂ ਫੋਨ ਕਰਿਆ ਚੌਥੇ ਦਿਨ ਹਾਂ ਕਹਿੰਦਾ ਕਿਆ ਬਣਿਆ ਕਹਿੰਦੇ ਗੱਲ ਤਾਂ ਬਣ ਗਈ ਸੀ ਪਰ ਕੁੜੀ ਵਾਲੇ ਕਹਿੰਦੇ ਵੀ ਸਰਦਾਰ ਬਣਨਾ ਪੈਣਾ ਕਹਿੰਦਾ ਸਰਦਾਰ ਮੈਂ ਬਣ ਨਹੀਂ ਸਕਦਾ ਅਸੀਂ ਕਿਹਾ ਹੁਣ ਜਵਾਬ ਦੇ ਦਿਆ ਪਰਨਾ ਤਾਂ ਮੁੜ ਜਾ ਜਿਹੜਾ ਤੂੰ ਜਦ ਜਾ ਤੂੰ ਇਹ ਕੁਰਤਾ ਸਮਾਇਆ ਤੂੰ ਪਹਿਲਾਂ ਇਹ ਦੱਸ ਕੱਪੜਾ ਘੱਟ ਗਿਆ ਕੱਪੜਾ ਘੱਟ ਗਿਆ ਜਾਂ ਤੇਰਾ ਕੱਪੜਾ ਤੇ ਤੂੰ ਉਹ ਨਾ ਹੀ ਸਮਾਉਂਦਾ ਤੂੰ ਭੈ ਕਿਉਂ ਤੂੰ ਸਿਉਣਾ ਮਰਵਾਈਆਂ ਭੈ ਦੋ ਰੰਗਾ ਹੋ ਗਿਆ ਕਿੱਦਾਂ ਜਾ ਰਿਹਾ ਕੰਮ ਬਾਈ ਕੰਮ ਤਾਂ ਵਧੀਆ ਚੱਲ ਰਿਹਾ ਪਰ ਗਰਮੀ ਨਾਸ ਮਾਰ ਰਿਹਾ ਸੀਰੀਅਸਲੀ ਇੱਥੇ ਠੀਕ ਹੈ ਨਾ ਇੱਥੇ ਠੀਕ ਹੈ ਮੌਸਮ ਥੋੜਾ ਜਿਹਾ ਨਾ ਠੰਡਾ ਠੰਡਾ ਹਵਾ ਚੱਲਦੀ ਹੈ ਹਵਾ ਚੱਲ ਰਹੀ ਹੈ ਉਹਦੇ ਬਾਈ ਪੂਰਾ ਨਜ਼ਾਰੇ ਲੈ ਰਹੇ ਹਾਂ ਹਵਾ ਐਨ ਪੂਰੇ ਪੂਰੇ ਸਸਤੇ ਇਹ ਦੇਖ ਇਹਦੇ ਫੁੱਲ ਨਜ਼ਾਰੇ ਫੁੱਲ ਨਜ਼ਾਰੇ ਬਾਈ ਕੰਗ ਕਹਿੰਦੇ ਸ਼ਾਮ ਨੂੰ ਫੁੱਲ ਹੁੰਦਾ ਬਾਈ ਪਿੰਡ 'ਚ ਕਹਿੰਦੇ ਪੂਰੀ ਚਰਚਾ ਬੰਦੇ ਕੰਗ ਕੰਗ ਕਹਿੰਦੇ ਬਾਈ ਨੂੰ ਬਾਈ ਨੂੰ ਕੰਗ ਕਹਿੰਦੇ ਆ ਦੇਖ ਲਓ ਕਿਹੜਾ ਕਿਰਨ ਵੀ ਨਾ ਨਾ ਇਕੱਲਾ ਕੰਗ ਬਾਈ ਨੂੰ ਬੋਬੀ ਸਰਪੰਚ ਹਾਂ ਗਰਮੀ ਨੇ ਮੱਤ ਮਾਰ ਦਿੱਤੀ ਪਟਿਆਲੇ ਆ ਬਾਈ ਦੋਏ ਕਾਲਜ ਆ ਬਸ ਪੂਰੇ ਪੰਜਾਬ ਮਿਲਿਆ ਨਾ ਸਮਾਨ ਲੱਭ ਰਹੇ ਲੈ ਆ ਦੱਕ ਤੇ ਨੂੰ ਖਾਣ ਦੇਗਾ ਉੱਪਰ ਉਸ ਨੂੰ ਐਜੂਕੇਟਰ ਨੂੰ ਬੋਲੋ ਐਜੂਕੇਟਰ ਨੂੰ ਕੁੱਟਣ ਲੱਗ ਜਾਂਦਾ ਕੁੱਟ ਕੁੱਟ ਕੇ ਮਾਰ ਦਿੰਦਾ ਅੱਛਾ ਉਹ ਤਾਂ ਮਰ ਗਿਆ ਦੇਈ ਖਾਂਦਾ ਰਾਜਾ ਵੀ ਮਰ ਗਿਆ ਦੇਈ ਖਾਂਦਾ ਰਾਜਾ ਵੀ ਮਰ ਗਿਆ ਆ ਉਹ ਹੁੰਦਾ ਕੋਈ ਥੋੜਾ ਅਗਰੈਸਿਵ ਅਗਰੈਸਿਵ
ਭਾਈ ਕਿੱਦਾਂ ਚੱਲ ਰਿਹਾ ਸ਼ੂਟ? ਨਜ਼ਾਰਾ ਆ ਰਿਹਾ? ਗਰਮੀ ਕਿੰਨੀ ਕੁ? ਬਸ ਗਰਮੀ ਨੇ ਨਜ਼ਾਰਾ ਬੰਦ ਕਰਿਆ ਪਿਆ, ਬਾਕੀ ਦਾ ਬਜ਼ਾਰ ਨਜ਼ਾਰਾ ਠੀਕ ਹੈ। ਅੱਛਾ ਕਿੰਨਾ ਕੁ ਹੋਊਗਾ ਭਾਈ ਸ਼ੂਟ? ਯਾਰ ਮੰਨੂ ਜੋ ਲਾਦਾ ਲਿਆ 50% ਹੋਇਆ। 50% ਪਿਆ ਹਲੇ, ਮਤਲਬ ਹਜੇ 50% ਪਿਆ ਹਲੇ, ਹਲੇ ਤੁਸੀਂ ਵੀ ਆਉਣਾ। ਹਾਂ ਤਾਂ ਹਲੇ ਬਹੁਤ ਕੁਝ ਪਿਆ ਹਲੇ। ਚਲੋ ਸ਼ੁਰੂਆਤ ਹੈ, ਕਰਦੇ ਆ ਬਾਈ ਦਾ ਫੋਟੋ ਸ਼ੂਟ ਚੱਲ ਰਿਹਾ ਇਸ ਟਾਈਮ ਪੂਰਾ ਪੋਸਟਰ ਲਈ, ਬਸ ਤਿਆਰ ਰਹੋ ਭਾਈ। ਇਹਨਾਂ ਨੂੰ ਦੱਸ ਦਿਓ ਕਦੋਂ ਤੱਕ ਆ ਜਾਣਾ ਗਾਣਾ? ਬਾਬਿਓ ਕੋਸ਼ਿਸ਼ ਹੈ 30 ਤੱਕ ਆ ਜੇ। ਚਲੋ ਡਿਲੇ ਹੋ ਗਿਆ ਥੋੜਾ ਜਿਹਾ, ਮਾਫ ਕਰਿਓ। ਹਾਂ ਇਸ ਮਹੀਨੇ ਆ ਜਾਊਗਾ। ਪਰ ਗਾਣਾ ਕਿੱਦਾਂ ਦਾ ਭਾਜੀ, ਟੇਸਟ ਕੀ ਆ ਗਾਣੇ ਦਾ? ਬਸ ਟੇਸਟ ਗਾਣੇ ਦਾ ਮਿਡਲ ਫਿੰਗਰ ਆ, ਬਾਕੀ ਜਾਣਦੇ ਹੋ ਤੁਸੀਂ। ਵੇਖੋ ਬਾਈ ਨੇ ਮੰਮ ਡੈਡ ਦੀ ਪਿਕਚਰ, ਕੀ ਨਾਮ ਭਾਜੀ ਮੰਮੀ ਡੈਡੀ ਦਾ? ਪਾਪਾ ਦਾ ਨਾਮ ਦਵਿੰਦਰ ਸਿੰਘ, ਮੰਮਾ ਦਾ ਗਗਨਦੀਪ ਕੌਰ। ਕੀ ਬਾਤ ਹੈ! ਉਹਦੇ ਪਿੱਛੇ ਇਹਦਾ ਮਤਲਬ ਪ੍ਰਾਰਥਨਾ, ਇਹਦਾ ਮਤਲਬ ਪੀਸ। ਓਕੇ ਬੰਨੀ, ਪਰ ਤੁਹਾਡੇ ਪੱਗ ਵਾਂਗੂ ਹੈ ਪਰਨਾ। ਹੈ ਦੱਸ ਸਕਦੇ ਅੱਜ ਕੱਲ ਰਿਕਾਰਡਿੰਗਾਂ ਚੱਲ ਰਹੀਆਂ ਨੇ ਵੀਰੇ, ਬਹੁਤ ਗਲਤ ਮਲਤ ਹੋ ਰਿਹਾ ਯਾਰ। ਬਿਲਕੁਲ ਡਿਟੋ ਸਹੀ ਗੱਲ। ਪੱਗਾਂ ਤੇ ਪੱਗਾਂ ਆ ਰਹੀਆਂ ਹੁਣ ਬਾਈ, ਸੁਣੋ ਪਜਾਮਾ ਵੀ ਮੰਗਾ ਦੋ ਬਾਈ। ਬਸ ਕਿੱਥੇ ਪੜੀ ਜਾਂਦਾ ਪ੍ਰੋਗਰਾਮ ਹੈ ਨੀ, ਸਵੇਰ ਤੱਕ ਜਾਊਂਗਾ।
आप सुन रहे हो इसकी बातें? ओके भैया, बोल रहा है उनका जी कर रहा है बूट खोल के मार दो, ये बोल रहा है मैं अभी घर नहीं जाऊंगा, मेरा मूड नहीं जाने का। ओके भैया, उनका गल्ला भैया गल्ला ना समझ आनी है, ठीक है ना पल्ले पैनी है भाई जी, चार्ज हो जाए तो करो करते तुम। दब के ਭਾਜੀ ਕਿਹੜਾ ਸ਼ਾਟ ਰਹਿ ਗਿਆ ਹੁਣ ਆਪਣਾ? ਬਸ ਬਰਸਾਤ ਵਾਲਾ ਰਹਿ ਗਿਆ, ਬਾਕੀ ਹੋਊਗਾ ਮੀਂਹ। ਹੁਣ ਭਾਜੀ ਨੂੰ ਮੀਂਹ 'ਚ ਨਵਾਵਾਂਗੇ ਚੰਗੀ ਤਰ੍ਹਾਂ। ਭਾਜੀ ਨੂੰ ਪਹਿਲਾਂ ਕਿਹਾ ਜਾ ਰਿਹਾ ਕਿ ਤੁਸੀਂ ਖਾਓ ਪੀਓ ਰੱਜ ਕੇ, ਰੋਟੀ ਪਾਣੀ ਖਾ ਕੇ ਛੱਕ ਕੇ ਫਿਰ ਤੁਸੀਂ ਆਓ ਬਾਹਰ, ਤੁਹਾਨੂੰ ਮੀਂਹ ਦਿਖਾਈਏ। ਅਤੇ ਭਾਜੀ ਨੂੰ ਹੁਣ ਬਾਈ ਨੂੰ ਹਾਂ, ਅਤੇ ਉੱਧਰ ਵੀ ਬਾਈ ਲੱਗਿਆ ਹੋਇਆ, ਚੋਰੀ ਚੋਰੀ ਲੱਗਿਆ ਹੋਇਆ, ਨਾਲ ਚੈਟ ਚੱਲ ਰਹੀ ਹੈ ਬਾਈ ਦੀ ਨਾਲ ਰੋਟੀ ਪਾਣੀ। ਅਤੇ ਇੱਧਰ ਬਾਈ ਤਾਂ ਬਸ ਪੁੱਛੋ ਨਾ, ਪੱਕਾ ਪੋਚਵੀਆਂ ਵਾਲੇ। ਮੈਨੂੰ ਲੱਗਦਾ ਬਾਈ ਨੂੰ ਵੀ, ਬਾਈ ਨੇ ਬਾਈ ਕਹਿੰਦਾ ਵੀ ਮੈਨੂੰ ਵੀ ਭੇਜਣ ਦਾ ਬਹੁਤ ਸ਼ੌਂਕ ਆ, ਅਤੇ ਬਾਈ ਨੇ ਦੁਬਾਰਾ ਪੱਗ ਬੰਨੀ ਆ, ਬਾਈ ਸੁੱਤਾ ਪਿਆ ਸੀਗਾ ਇੰਨੀ ਦੇਰ ਦਾ। ਗਾਣਾ ਬਹੁਤ ਘੈਂਟ ਆ, ਅਸੀਂ ਸੁਣ ਲਿਆ, ਇੰਜੋਏ ਵੀ ਕਰ ਲਿਆ, ਬਸ ਥੋੜ੍ਹਾ ਟਾਈਮ ਵੇਟ, ਤੁਸੀਂ ਵੀ ਖੜਦੋ ਮੋ ਪਾ ਲੈਣਾ ਗਾਣੇ 'ਤੇ। ਸੋ ਗਾਇਜ਼, ਆਪਣਾ ਹੋ ਗਿਆ ਐਂਡ ਵੀਡੀਓ ਦਾ, ਅਤੇ ਹੁਣ ਅਸੀਂ ਪੈਕਅਪ, ਅਤੇ ਹੁਣ ਮਿਲਦੇ ਹਾਂ ਅਗਲੇ ਬਲੌਗ 'ਚ। ਜੇ ਬਲੌਗ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਅਤੇ ਬਾਈ ਹੋਰਾਂ ਦਾ ਨਾਂ ਅਸੀਂ ਦੱਸਿਆ ਨਹੀਂ ਹੈਗਾ ਵੀਡੀਓ ਦੇ ਵਿੱਚ, ਅਤੇ ਤੁਸੀਂ ਜ਼ਰੂਰ ਦੱਸਿਓ ਅਤੇ ਬਾਈ ਉਹਨਾਂ ਦਾ ਨਾਂ ਕੀ ਆ। ਮੇਰਾ ਵੀਰ ਵੀ ਆ ਬੈਠਾ, ਸਵੇਰ ਦਾ ਬੋਰ ਹੋ ਗਿਆ ਬਾਈ। ਨਹੀਂ ਨਹੀਂ, ਤੁਹਾਡੇ ਵਰਗੇ ਘੈਂਟ ਬੰਦੇ ਨਾ ਕਿੱਥੇ ਬੋਰ ਹੋਣਗੇ। ਹੁਣ ਦੇਖੋ, ਹੁਣ ਬਾਈ ਨੂੰ ਮੈਂ ਛੱਡ ਕੇ ਇਕੱਲਾ ਚੱਲਿਆ, ਬਾਈ ਦਾ ਜਿਗਰਾ ਦੇਖੋ, ਹੁਣ ਇਕੱਲਾ ਰਹੂਗਾ ਬਾਈ ਵੈਨਿਟੀ ਵੈਨ 'ਚ। ਚਲੋ ਮਿਲਦੇ ਆ ਭਾਜੀ, ਓਕੇ ਟੇਕ ਕੇਅਰ, ਬਾਏ, ਲਵ ਯੂ।